ਪੰਜਾਬੀਆਂ ਦਾ ਮਨਪਸੰਦ ਬੇਸਨ ਬਹੁਤ ਹੀ ਈਜ਼ੀ ਰੈਸਪੀ ਆ ਬਣਾਉਣੀ। ਚਲੋ ਬਣਾਉਂਦੇ ਹਾਂ। ਲਓ ਜੀ, ਅੱਧਾ ਕੁ ਗਲਾਸ ਪਾਵਾਂਗੇ ਆਪਾਂ ਤੇਲ ਦਾ। ਹੀਟ ਆਪਣੀ ਬਿਲਕੁਲ ਲੋ ਆ, ਤੇਜ਼ ਨਹੀਂ ਕਰਨੀ ਤਾਂ ਕਿ ਆਪਣਾ ਬੇਸਨ ਥੱਲੇ ਨਾ ਲੱਗੇ। ਤੇਲ ਹੋ ਗਿਆ ਆਪਣਾ ਗਰਮ, ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਬੇਸਨ। ਇੱਕ ਤੋਂ ਡੇਢ ਪੌਂਡ ਮੈਂ ਲਿਆ ਬੇਸਨ, ਇਹਨੂੰ ਪਾਵਾਂਗੇ ਵਿੱਚ ਅਤੇ ਨਾਲੇ ਆਪਾਂ ਹੌਲੀ ਹੌਲੀ ਹਿਲਾਉਂਦੇ ਜਾਣਾ। ਅਤੇ ਹੁਣ ਇਹਨੂੰ ਆਪਾਂ ਮੀਡੀਅਮ ਹੀਟ ਉੱਤੇ 5 ਤੋਂ 7 ਮਿੰਟ ਲਈ ਭੁੰਨਾਂਗੇ। ਇਹਨੂੰ ਆਪਾਂ ਹੌਲੀ ਹੌਲੀ ਹਿਲਾਉਂਦੇ ਰਹਿਣਾ ਤਾਂ ਕਿ ਆਪਣਾ ਬੇਸਨ ਕੜਾਹੀ ਦੇ ਨਾਲ ਨਾ ਲੱਗੇ। ਲਓ ਜੀ, ਬੇਸਨ ਹੋ ਗਿਆ ਆਪਣਾ ਰੈਡੀ। ਹੁਣ ਕਰਾਂਗੇ ਆਪਣੀ ਹੀਟ ਬੰਦ। ਤੁਹਾਨੂੰ ਮੈਂ ਇੱਕ ਈਜ਼ੀ ਤਰੀਕਾ ਦੱਸਦਾ, ਅਗਰ ਤੁਸੀਂ ਪਹਿਲੀ ਵਾਰੀ ਬੇਸਨ ਬਣਾਉਣ ਲੱਗੇ ਹਾਂ ਤਾਂ ਥੋੜ੍ਹਾ ਜਿਹਾ ਪਾਣੀ ਲਓ। ਇਹਨੂੰ ਆਪਾਂ ਮਾਰਨਾ ਬੇਸਨ ਦੇ ਵਿੱਚ। ਦੇਖੋ ਤੇਲ ਛੱਡ ਦਿੱਤਾ ਪਾਣੀ ਨੇ, ਇਹਦਾ ਮਤਲਬ ਬੇਸਨ ਆਪਣਾ ਰੈਡੀ ਆ। ਅਤੇ ਹੀਟ ਕਰ ਦਿਓ ਆਪਣੀ ਬੰਦ। ਇੱਕ ਗਲਾਸ ਪਾਵਾਂਗੇ ਪਾਣੀ ਦਾ। ਹੁਣ ਆਪਾਂ ਬਣਾਵਾਂਗੇ ਚਾਣੀ। 1 ਤੋਂ 1.5 ਪੌਂਡ ਪਾਵਾਂਗੇ ਖੰਡ, 1/2 ਚਮਚ ਪਾਵਾਂਗੇ ਇਲਾਇਚੀ ਪਾਊਡਰ ਦਾ, ਰੋਜ਼ ਵਾਟਰ, ਫੋਇਲ ਪੇਪਰ ਚੰਗੀ ਤਰ੍ਹਾਂ ਲਾਵਾਂਗੇ ਟਰੇ ਦੇ ਉੱਤੇ, ਲਓ ਜੀ ਚਾਣੀ ਹੋ ਗਈ ਆਪਣੀ ਰੈਡੀ। ਦੇਖੋ ਪੂਰੀ ਬਿਲਕੁਲ ਸਵਾ ਧਾਰ ਦੀ ਬਣਦੀ ਪਈ ਆ, ਤੁਸੀਂ ਵੀ ਬਿਲਕੁਲ ਇੱਦਾਂ ਬਣਾਉਣੀ। ਹੁਣ ਇਹਨੂੰ ਆਪਾਂ ਚਾਣੀ ਨੂੰ ਕਰਾਂਗੇ ਬੇਸਨ ਦੇ ਵਿੱਚ ਐਡ। ਹੌਲੀ ਹੌਲੀ ਆਪਾਂ ਇਹਨੂੰ ਨਾਲੇ ਹਿਲਾਉਂਦੇ ਜਾਣਾ ਅਤੇ ਨਾਲੇ ਆਪਾਂ ਆਪਣੀ ਚਾਣੀ ਹੌਲੀ ਹੌਲੀ ਪਾਉਂਦੇ ਜਾਵਾਂਗੇ ਬੇਸਨ ਦੇ ਵਿੱਚ। ਲਓ ਜੀ ਹੁਣ ਇਹਨੂੰ ਆਪਾਂ ਹੌਲੀ ਹੌਲੀ ਠੰਡਾ ਕਰਾਂਗੇ। ਥੋੜ੍ਹਾ ਜਿਹਾ ਲਾਵਾਂਗੇ ਉੱਤੇ ਤੇਲ। ਇਹਨੂੰ ਹੁਣ ਆਪਾਂ ਪਾ ਲਿਆ ਟਰੇ ਦੇ ਉੱਤੇ ਤਾਂ ਹੱਥ ਨਾਲ ਹੌਲੀ ਹੌਲੀ ਬਿਲਕੁਲ ਇਹਨੂੰ ਥੱਲੇ ਨੂੰ ਕਰਾਂਗੇ। ਅਗਰ ਤੁਸੀਂ ਮੋਟਾ ਪੀਸ ਰੱਖਣਾ ਚਾਹੁੰਦੇ ਹਾਂ ਤਾਂ ਥੋੜ੍ਹਾ ਜਿਹਾ ਮੋਟਾ ਕਰ ਸਕਦੇ, ਅਗਰ ਥੋੜ੍ਹਾ ਜਿਹਾ ਬਰੀਕ ਪੀਸ ਕਰਨਾ ਤਾਂ ਇਹਨੂੰ ਥੋੜ੍ਹਾ ਜਿਹਾ ਹੋਰ ਵਧਾ ਸਕਦੇ। ਥੋੜ੍ਹੇ ਜਿਹੇ ਉੱਤੇ ਪਾਵਾਂਗੇ ਆਪਾਂ ਪਿਸ਼ਤਾ। ਥੋੜ੍ਹੇ ਜਿਹੇ ਬਰੀਕ ਕੱਟੇ ਹੋਏ ਪਾਵਾਂਗੇ ਕਾਜੂ। ਲਓ ਜੀ ਉੱਤੇ ਰੱਖਾਂਗੇ ਫੋਲ ਪੇਪਰ। ਬੇਲਣਾ ਤਾਂ ਸਾਰਿਆਂ ਦੇ ਘਰਾਂ ਵਿੱਚ ਹੀ ਹੁੰਦਾ ਆ, ਆਪਾਂ ਇਹਨੂੰ ਬੇਲਣ ਨਾਲ ਉੱਤੋਂ ਹੌਲੀ ਹੌਲੀ ਹਿਲਾਵਾਂਗੇ ਤਾਂ ਕਿ ਇੱਕੋ ਜਿਹਾ ਬਰਾਬਰ ਹੋ ਜਾਵੇ। ਹੁਣ ਇਹਨੂੰ ਆਪਾਂ 2 ਤੋਂ 3 ਘੰਟੇ ਲਈ ਇੱਦਾਂ ਹੀ ਰੱਖਾਂਗੇ ਤਾਂ ਬਾਅਦ ਵਿੱਚ ਆਪਾਂ ਕੱਟਾਂਗੇ ਇਹਦੀਆਂ ਟੁਕੜੀਆਂ। 4 ਘੰਟੇ ਆਪਣੇ ਹੋ ਗਏ ਆ, ਹੁਣ ਆਪਾਂ ਇਹਨੂੰ ਕੱਟਾਂਗੇ। ਤੁਸੀਂ ਇਹਨੂੰ ਤਿਰਛਾ ਕੱਟਣਾ ਤਿਰਛਾ ਕੱਟ ਸਕਦੇ, ਅਗਰ ਤੁਸੀਂ ਇਹਨੂੰ ਇੱਦਾਂ ਕੱਟਣਾ ਇੱਦਾਂ ਕੱਟ ਲਓ, ਜਿੱਦਾਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਕੱਟ ਸਕਦੇ। ਲਓ ਜੀ ਬਿਲਕੁਲ ਹੌਲੀ ਹੌਲੀ ਤੁਸੀਂ ਆਪਣਾ ਇਹਨੂੰ ਚੱਕਣਾ ਅਤੇ ਬੇਸਨ ਹੋ ਗਿਆ ਆਪਣਾ ਰੈਡੀ। ਲਓ ਜੀ ਤੁਸੀਂ ਵੀ ਫੈਮਿਲੀ ਨਾਲ ਬਣਾਓ, ਖਾਓ, ਕਰੋ ਇੰਜੋਏ। ਅਗਰ ਤੁਹਾਨੂੰ ਕਿਸੇ ਕਿਸਮ ਦੀ ਹੈਲਪ ਦੀ ਲੋੜ ਆ ਤਾਂ ਤੁਸੀਂ ਮੈਨੂੰ ਮੈਸੇਜ ਦੇ ਵਿੱਚ ਪੁੱਛ ਸਕਦੇ ਆ।